ਅੱਛਾ ਸਾਜੀ ਆ ਤੇਰੇ ਕੋਲੇ ਆ। ਹਾਂ ਸਾਜੀ ਕਹਿੰਦਾ ਤੇਰੇ ਕੋਲੇ, ਮੈਂ ਗੁੱਸੇ 'ਚ ਕਹਿ ਬੈਠਾ ਸਾਜੀ ਨੂੰ, ਮੈਂ ਬਾਈ ਸਾਜੀ ਊਂ ਤਾਂ ਮੇਰੇ ਕੋਲੇ ਹੈਨੀ, ਜੇ ਤੂੰ ਕਹਿਣਾ ਤਾਂ ਮੇਰੇ ਕੋਲੇ ਹੈਗਾ। ਮੁੜ ਕੇ ਉਹ ਕਬੂਤਰ ਦਾ ਹੌਲੀ ਹੌਲੀ ਆਸਮੇ ਸ਼ਰਮਾ ਤੇ ਮੰਗਾ ਲੜ ਪਏ, ਮੁੜ ਕੇ ਉਹ ਕਬੂਤਰ ਦਾ ਭੇਤ ਨਿਕਲ ਆਇਆ। ਕਬੂਤਰ ਸੀ ਉਹ ਸ਼ਰਮੇਕਿਆਂ ਕੋਲੇ, ਠੀਕ ਹੈ ਬਾਈ। ਸ਼ਰਮੇਕਿਆਂ ਨੇ ਤਿੰਨ ਬੱਚੇ ਕਢਾਏ ਬਾਈ, ਇੱਕ ਕਬੂਤਰੀ ਨਿਕਲੀ ਸੀ, ਦੋ ਕਬੂਤਰ ਨਿਕਲੇ ਸੀ। ਕਬੂਤਰ ਉਹਨਾਂ ਦੇ ਘਰੇ ਹਜੇ ਵੀ ਹੈਗੇ ਆ, ਪਰ ਉਹ ਕਬੂਤਰ ਮੰਡੀ 'ਚ ਉੱਡ ਗਿਆ ਸੀ ਉਹਨਾਂ ਦਾ। ਮੈਨੂੰ ਜਿੰਨੀ ਕੁ ਜਾਣਕਾਰੀ ਹੈ ਵੀ ਪਤਾ ਲੱਗਿਆ, ਠੀਕ ਹੈ, ਜਿਹੜੀ ਉਹ ਪੱਠੀ ਨਿਕਲੀ ਸੀ ਉਹ ਇਹਨਾਂ ਨੇ ਆਲਮਾਲੇ ਛੱਡੀ, ਠੀਕ ਹੈ। ਤਿੰਨ ਰਹਿੰਦਿਆਂ ਤੋਂ ਉਸ ਦਿਨ ਤੂੰ ਵੀ ਛੱਡਿਆ ਸੀ ਗਿੱਲ, ਹੋ ਸਕਦਾ। ਤਿੰਨ ਰਹਿੰਦਿਆਂ ਤੋਂ ਫਿੱਕੀ ਹਰੀ ਬਗਲ ਸੀ, ਨਾਲ ਵਿਰਕਾਂ ਆ ਗਈ, ਵਿਰਕਾਂ ਤੋਂ ਉੱਥੋਂ ਮੁੰਡੇ ਦੇ ਬਹਿ ਗਈ, ਮੁੰਡੇ ਤੋਂ ਮੈਂ ਲਿਆ, ਠੀਕ ਹੈ। ਮੇਰੇ ਕੋਲੇ ਆ ਕੇ ਬਈ ਇਹ ਜਿਹਾ ਤਾਲ ਲੱਗਿਆ, ਘਰੇ ਉੱਡ ਕੇ ਬੱਚੇ ਮਰੇ। ਉਦੋਂ ਬਾਅਦ ਕਾਲਸਰੀਆਂ ਕੱਢੀਆਂ ਮੇਰੇ ਕੋਲ, ਉਹਨਾਂ ਨੇ ਕੱਢੀਆਂ ਕਾਲਸਰੀਆਂ, ਕੱਢਤੀ ਨਾ, ਪਾਲੀ ਕੋਲੇ ਵੀ ਉੱਡੇ ਆ, ਮੇਰੇ ਕੋਲੇ ਵੀ ਉੱਡੇ ਆ। ਇਹ ਤੇਰੇ ਪਿੰਡ ਵਾਲੀ ਦੀ ਪੋਤਰੀ ਆ? ਹਾਂ, ਤੇ ਜਿਹੜੀਆਂ ਮੈਂ ਉਹਦੀਆਂ ਕਾਲਸਰੀ ਦੀਆਂ ਧੀਆਂ ਦਿੱਤੀਆਂ, ਗਾਂਹ ਜਾ ਕੇ ਮੁੰਡਾ ਲੁਧਿਆਣੇ ਤੋਂ ਉਹਦੇ ਕੋਲੇ ਉੱਡੇ, ਠੀਕ ਹੈ। ਐਂ ਬਹੁਤ ਉੱਡੇ ਆ ਜਾਣੀ ਕਿ ਲਾ ਦੇ ਵੀ, ਇੱਕ ਦੋ ਭਰਾਵਾਂ ਨੂੰ ਇਹਨਾਂ ਦਾ ਬਲੱਡ ਦਿੱਤਾ ਹੋਇਆ, ਠੀਕ ਹੈ, ਠੀਕ ਹੈ। ਆ ਜੀ ਐਂ ਬਣਿਆ ਬਾਈ, ਜਿਵੇਂ ਕਹਿੰਦੇ ਐਨ ਆਰ ਆਈ ਵੀਰਾਂ ਨੂੰ, ਮੈਂ ਯਾਰ ਕਬੂਤਰ ਜ਼ਿੰਦਗੀ 'ਚ ਮੈਂ ਕਿਸੇ ਨੂੰ ਹੁਣ ਆਪਣੇ ਪੈਗ ਜੇ ਲੱਗੇ ਆ ਮੇਰੇ ਤੋਂ ਸੱਚੀ ਨਿਕਲੂਗੀ ਕਿ ਮੈਂ ਜ਼ਿੰਦਗੀ 'ਚ ਕਿਸੇ ਨੂੰ ਮਾੜਾ ਕਬੂਤਰ ਹੀ ਨਹੀਂ। ਕਬੂਤਰੀ ਬੈਠੀ ਆ, ਕਬੂਤਰੀ ਆਪਣੇ ਕੋਲ ਬੈਠੀ ਆ ਜੋਧਪੁਰ ਵਾਲੀ, ਠੀਕ ਹੈ। ਜੋਧਪੁਰ ਤੂੰ ਛੱਡੀ ਸੀ? ਜੋਧਪੁਰ ਮੈਂ ਛੱਡੀ ਸੀ ਇੱਕ ਵਾਰੀ, ਰਾਜੂ ਬਰਾੜ ਅਤੇ ਸ਼ਰਮਾ ਅਸੀਂ ਦੋਵਾਂ ਨੇ ਪਹਿਲੀ ਬਾਜੀ ਛੱਡੀ, ਬਹੁਤ ਚੰਗੀ ਉੱਡੀ। ਫਿਰ ਅਸੀਂ ਛੱਡੀ ਮੈਂ ਅਤੇ ਸ਼ਰਮੇ ਨੇ ਢਾਂਗੀ ਚੜ੍ਹੀ, ਮੇਰਾ ਅਤੇ ਸਾਡੇ ਪਿੰਡ ਵਾਲੇ ਪਾਲੀ ਦਾ ਕਬੂਤਰ ਰਹਿ ਗਿਆ, ਠੀਕ ਹੈ, ਦੋਵਾਂ ਦੇ ਰਹਿ ਗਏ ਸਾਡੇ ਉੱਥੇ। ਅਸੀਂ ਢਾਂਗੀ ਚੜ੍ਹਾਈ ਸੀ ਬਾਈ, ਬੋਪਣੇ ਸਾਂਭ ਕੇ ਛੱਡਾਈ ਪਾਲੀ ਦਾ, ਮੈਂ ਆਪਦਾ ਆਪ ਸਾਂਭ ਕੇ ਛੱਡੀ ਸੀ ਕਬੂਤਰੀ, ਠੀਕ ਹੈ, ਚੰਗੀ ਉੱਡੀ ਸੀ ਆਪਣੀ। ਘਰੇ ਬੈਠੀਏ ਤੁਹਾਨੂੰ ਦਿਖਾ ਦਿੰਦਾ ਅੱਗੇ, ਤਾਂ ਬਹੁਤ ਵਧੀਆ ਕਬੂਤਰੀ ਆ। ਨਹੀਂ, ਖੇਡ ਪਾਣੀ ਕਿੱਥੋਂ ਲਿਆ ਤੂੰ? ਖੇਡ ਪਾਣੀ ਬਾਈ ਪਹਿਲਾਂ ਤਾਂ ਮੈਂ ਐਵੇਂ ਤੈਨੂੰ ਆਖਿਆ ਵੀ ਤੁਰ ਫਿਰ ਕੇ ਲਿਆ ਸੀ, ਪਰ ਹੁਣ ਮੈਂ ਸਾਰੀ ਉਮਰ ਦੇ ਨਹੀਂ ਦੇ ਸਕਦਾ ਸਮਾਲਸਰ ਵਾਲਿਆਂ ਦਾ। ਬਾਈ ਸਕਦੇ ਆ ਸਮਾਲਸਰ ਦੇ, ਸਮਾਲਸਰ ਦਾ ਜ਼ਿਆਦਾ ਰੋਲ ਮੈਨੂੰ ਬਾਈ ਪੋਲੇ ਦਾ, ਜਿਹੜਾ ਦੁਨੀਆਂ ਤੋਂ ਤੁਰ ਗਿਆ, ਭੁਲਾਇਆ ਨਹੀਂ ਜਾਂਦਾ ਉਹ ਦਿਲ ਦੇ ਵਿੱਚ ਵਸਾਇਆ। ਬਾਈ ਨੇ ਇੱਕ ਟਿਕਟ ਲਿਖ ਕੇ ਮੈਨੂੰ ਦਿੱਤੀ ਸੀ ਵਿਚਾਰੇ ਨੇ, ਸਾਰਾ ਕੁਛ ਇੰਨਾ ਵੀ ਕਹਿ ਦਈਏ ਵਧੀਆ ਉਹਨੇ ਬਾਈ ਨੇ ਆਪਾਂ ਨੂੰ। ਬਾਈ ਤੋਂ ਕਬੂਤਰ ਵੀ ਦਵਾਉਂਦਾ ਸੀ, ਮੈਂ ਕਿਹਾ ਨਹੀਂ ਬਾਈ ਕਬੂਤਰ ਨਹੀਂ ਲੈਣੇ, ਕਬੂਤਰ ਮੇਰੇ ਕੋਲੇ ਬਹੁਤ ਚੰਗੇ ਆ, ਮੇਰੇ ਕੋਲੇ ਐਸ ਪਾਸੋਂ ਮੈਂ ਵਿਛੜਿਆ ਸੀ, ਪਰ ਉਹਨੇ ਮੈਨੂੰ ਬਾਈ ਨੇ ਅਹਿਸਾਨ ਕਰੀ ਦੇ ਹੁੰਦਾ। ਹਾਂ, ਨਹੀਂ ਨਹੀਂ ਬਹੁਤ ਬਾਈ ਕੇ, ਹੁਣ ਵੀ ਕਰਦੇ ਆ, ਹੁਣ ਵੀ ਆ, ਮੈਸੇਜ ਵੀ ਬਾਈ ਕਰਦਾ ਵਿੱਚੇ ਮੋਬਾਈਲ ਦੇ ਆਪਣੇ ਦੇ, ਮੈਸੇਜ ਪਏ ਆਪਾਂ ਦੇਖ ਸਕਦੇ ਹੋ ਵੀ ਵਧੀਆ ਬਾਈ, ਜਿਵੇਂ ਹੁਣ ਸਮਝ ਵੀ ਆਉਂਦੀ ਆ ਬਾਈ ਦੀ, ਅੱਗੇ ਸਮਝ ਨਹੀਂ ਆਉਂਦੀ ਸੀ ਜਦੋਂ ਕੋਲੇ ਗਈ ਉਦੋਂ ਵੀ ਨਹੀਂ ਆਉਂਦੀ ਸੀ, ਪੋਲਾ ਬਾਈ ਸਮਝਾ ਦਿੰਦਾ, ਠੀਕ ਹੈ। ਵੀ ਬਰਾੜ ਨਾਲ ਇਹੀ ਗੁੱਸਾ ਆਪਣਾ, ਹੋਰ ਕੋਈ ਗੁੱਸਾ ਨਹੀਂ ਸੀ, ਉਹਨੇ ਇੱਕ ਗੱਲ ਇਹ ਜੀ ਦਿਲ ਤੇ ਲਾਤੀ। ਚਲ ਕਈ ਵਾਰੀ ਗੱਲਾਂ ਕਹਿ ਹੋ ਜਾਂਦੀਆਂ ਯਾਰ, ਖਾਧੀ ਪੀਤੀ ਹੋ ਜਾਂਦੀਆਂ, ਉਹ ਵੀ ਖਾਣ ਪੀਣ ਵਾਲਾ ਬੰਦਾ, ਉਹਨੇ ਕਿਹਾ ਪੀਤੀ ਵਿੱਚ ਹੀ ਹੈ, ਖਾਣ ਪੀਣ ਵਾਲਾ ਬੰਦਾ ਉਹ। ਹਾਂ, ਨਹੀਂ ਨਹੀਂ ਦਿਲ ਦਾ ਨਹੀਂ ਮਾੜਾ, ਮੈਨੂੰ ਇਹ ਵੀ ਪਤਾ ਵੀ ਕਿਹਾ ਉਹਨੇ ਖਾਣ ਖਾਧੀ ਪੀਤੀ ਵਿੱਚ ਆ, ਪਰ ਉਹਨੂੰ ਕਹਿਣਾ ਨਹੀਂ ਚਾਹੀਦਾ ਸੀ, ਉਹਦੇ ਮਨ 'ਤੇ ਵੀ ਸੋਚਣੀ ਚਾਹੀਦੀ ਸੀ ਵੀ ਅਸੀਂ ਇਹਨੂੰ ਗਰੁੱਪਾਂ 'ਚ ਜੋੜਨ ਵਾਲੇ ਹਾਂ, ਜੇ ਅੱਜ ਇਹਨੂੰ ਚਾਰ ਬੰਦੇ ਜਾਣਨ ਲੱਗ ਗਏ, ਅੱਜ ਅਸੀਂ ਉਹ ਕਰਨ ਲੱਗੇ ਹਾਂ ਇਹਦੇ ਮੇਨ। ਵੈਸੇ ਤਾਂ ਸਾਰੇ ਐਨ ਆਰ ਆਈ ਵੀਰਾਂ ਨੇ ਮਦਦ ਕੀਤੀ ਤੇਰੀ, ਕਾਫੀਆਂ ਨੇ ਕੀਤੀ ਆ। ਮੈਂ ਧੰਨਵਾਦ ਜੱਗੇ ਬਾਈ ਦਾ ਕਰਦਾ, ਕੈਨੇਡਾ ਵਾਲੇ ਦਾ, ਜਿਹਨੇ ਆਹ ਖੜਾ ਮੇਰਾ ਟਰੈਕਟਰ 475 ਅੱਜ ਜੱਗੇ ਬਾਈ ਦੀ ਦੇਣ ਆ ਵੀਰੇ। ਜੱਗਾ ਪਿੰਡ ਦਾ ਹੈਗਾ ਵੀਰ ਦਾ, ਉੱਤੇ ਕੋਟਲਾ ਕੋਟਲਾ ਪਿੰਡ, ਜੱਗੇ ਕੋਟਲੇ ਵਾਲੇ ਨੇ ਲੈ ਕੇ ਦਿੱਤਾ, ਜੱਗੇ ਕੋਟਲੇ ਦੀ ਦੇਣ ਆ ਇਹ, ਮੈਂ ਨਹੀਂ ਉਹਦਾ ਦੇਣ ਸਾਰੀ ਉਮਰ ਦੇ ਸਕਦਾ, ਮੈਂ ਉਹਦਾ ਧੰਨਵਾਦ ਕਰਦਾ। ਜੱਗੇ ਬਾਈ ਨੇ ਦਵਾਇਆ ਸੀ, ਕੁਛ ਪੈਸੇ ਮੇਰੇ ਕੋਲ ਸੀਗੇ, ਠੀਕ ਹੈ, ਠੀਕ ਹੈ, ਬਹੁਤ ਮਦਦ ਕੀਤੀ, ਇੱਕ ਅਵਤਾਰ USA ਤੋਂ, ਠੀਕ ਹੈ, ਠੀਕ ਹੈ। ਮੈਂ ਯਾਰ ਤੈਨੂੰ ਕਿਹਦਾ ਕਿਹਦਾ ਨਾਲ ਲਵਾਂ ਯਾਰ, ਮੇਰੇ ਬਹੁਤ ਮਦਦ ਕੀਤੀ ਯਾਰ ਭਰਾਵਾਂ, ਤਾਂ ਹੁਣ ਇੱਕ ਦਾ ਲੈ ਗਿਆ ਦੂਜਾ ਗੁੱਸੇ ਹੋ ਜਾਊ, ਸਾਰਿਆਂ ਦਾ ਲੈਣੀ ਜਾਂਦਾ ਹੁੰਦਾ, ਕੀ ਰਹਿ ਜਾਂਦਾ ਕਿਹਦਾ ਲੈ ਆਣੀ ਜਾਂਦਾ, ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਯਾਰ ਬਾਈ, ਵਧੀਆ ਆਪਣਾ ਯਾਰ, ਜਾਣੀ ਕਿ ਪਿਆਰ ਆ ਉਹਨਾਂ ਨਾਲ, ਭਰਾਵਾਂ ਨਾਲ, ਜਦੋਂ ਆਉਣਗੇ ਦਿਲੋਂ ਇੱਜ਼ਤ ਕਰੂੰਗਾ, ਆ ਕਬੂਤਰ ਉਹਨਾਂ ਦੇ ਹੀ ਆ, ਮੇਰਾ ਨਹੀਂ ਇਹਨਾਂ ਵਿੱਚ ਕੁਛ ਵੀ, ਸਹੀ ਹੈ, ਜੋ ਮੇਰੇ ਨਾਲ ਕਬੂਤਰਾਂ ਨਾਲ ਪਿਆਰ ਆ ਉਹਨਾਂ ਦਾ, ਚਾਹੇ ਮੇਰਾ ਦਿਲੋਂ ਪਿਆਰ ਆ, ਪਰ ਆਹ ਬੰਦਿਆਂ ਦਾ ਦਿਲੋਂ ਪਿਆਰ ਸੀ ਯਾਰ, ਮੋਹ ਪਿਆਰ ਬਣ ਜਾਂਦਾ ਇੱਧਰ। ਹੋਰ ਦੱਸ ਕੋਈ? ਹੋਰ ਬਸ ਵਧੀਆ ਕਬੂਤਰ ਬਣੇ ਆ ਬਾਈ, ਭਰਾਵਾਂ ਨਾਲ ਪਿਆਰ ਬਣਿਆ, ਬਸ ਇਸੇ ਤਰ੍ਹਾਂ ਬਣਿਆ ਰਹੇ, ਤੁਹਾਡੇ ਵਰਗੇ ਭਰਾ ਆਉਂਦੇ ਆ, ਸਤ ਸਲਾਮਾਂ ਯਾਰ, ਇੱਥੇ ਵਧੀਆ ਕਬੂਤਰ, ਧੰਨਵਾਦ ਕਰਦੇ ਆ ਗੱਲ, ਕੋਈ ਬਾਜੀ ਯਾਦ ਕਰ, ਰਾਤ ਆਇਆ ਸਾਂ ਬੈਠਾ ਮੇਰੇ ਕੋਲ ਹੈ, ਯਾਦ ਕਰ, ਕੀ ਸ਼ੌਂਕ ਹੋਊਗਾ ਬਾਈ, ਯਾਦ ਕਰ ਬਾਜੀ, ਕੋਈ ਯਾਦਗਾਰ ਬਾਜੀ ਇਹੀ ਆ ਵੀ ਅੱਜ ਵਾਲੀ ਯਾਦਗਾਰ ਬਾਲੀ ਤਗੜੀ ਹੈ, ਨਹੀਂ ਨਹੀਂ ਚੱਲ ਬਾਈ, ਸਾਡੇ ਬਰਾਤ ਆਇਆ ਪਿੰਡ 'ਚ ਤੇ ਬੈਠਾ ਮੇਰੇ ਕੋਲੇ ਆ, ਜਿਹੜੀ ਕਦੇ ਭੁੱਲਣੇ ਨਾ ਕਦੇ ਨਾ ਭੁੱਲੇ, ਉਹ ਜਾਂ ਕੋਈ ਘਟਨਾ, ਉਹ ਭੂਰੀ ਵਾਲੀ ਬਾਜੀ ਆ ਇੱਥੋਂ ਆਪਣੇ ਜਿਹੜੀ ਇੱਥੇ ਅਸੀਂ ਵਾਸੀਆਂ ਪਿੰਡ ਛੱਡੀ ਸੀ, ਸਾਡਾ ਕਬੂਤਰ ਬਹੁਤ ਚੰਗਾ ਉੱਡਿਆ ਸੀ ਉਦੋਂ, ਭੂਰੀ ਹਰਾਇਆ ਜਿੱਦਣ ਆਪਣਾ 13-14 ਮਿੰਟ ਵੱਧ ਉੱਡਿਆ, ਵੀ ਐਡੇ ਖਿਡਾਰੀ ਨੂੰ ਹਰਾਉਣਾ, ਮੈਨੂੰ ਐਂ ਲੱਗਦਾ ਸੀ ਵੀ ਮੈਂ ਹਰ ਗਿਆ ਭੂਰੀ ਨੂੰ, ਮੈਂ ਬਹੁਤ ਆਖਿਆ ਭੂਰੀ ਬਾਈ ਤੂੰ ਸਾਡੇ ਇਲਾਕੇ ਦਾ ਸਟਾਰ ਖਿਡਾਰੀ ਆ, ਵੰਡ ਲਾ ਭਾਵਾਂ ਪੁੱਛ ਲਿਓ ਭੂਰੀ ਨੂੰ, ਬਹੁਤ ਆਖਿਆ ਭੂਰੀ ਨੂੰ, ਮੇਲੇ ਨੂੰ, ਸਾਰੇ ਜਾਣੇ ਦੀ ਬਿੱਲਾ, ਮੈਂ ਕਿਹਾ ਵੰਡ ਲਓ ਯਾਰ, ਵਧੀਆ ਮੈਂ ਤੁਹਾਡੀ ਇੱਜ਼ਤ ਕਰਦਾ, ਚਲੋ ਭਰਾਵਾਂ ਵਿੱਚ ਉਹਦੀ ਕਿਸੇ ਬੰਦੇ ਨਾਲ ਨਹੀਂ ਬਣਦੀ ਸੀ,
ਕਬੂਤਰ ਦਵਾਇਆ ਜੋੜੀ ਜਾਦੂ ਤੋਂ 12,000 ਰੁਪਏ ਦੀ। 12,000 ਰੁਪਇਆ ਬਹੁਤ ਹੁੰਦਾ ਜੋੜੀ ਦਾ, 10-15,000 ਦੀ ਬਹੁਤ ਹੁੰਦੀ ਹੈ, 10 ਦੀ ਬਹੁਤ ਹੁੰਦੀ ਹੈ, ਬਹੁਤ ਆ। ਪਰ ਉਹ ਬੰਦਾ ਯਾਰ ਵਿਚਾਰਾ ਜਾਦੂ ਸੀ ਜਿਹੜਾ, ਕਹਿੰਦਾ ਮੈਂ ਤਾਂ ਦਿਹਾੜੀ ਕਰਨ ਵਾਲਾ ਬੰਦਾ, ਗਰੀਬ ਬੰਦਾ, ਜਿੰਨਾ ਹੋ ਸਕਦਾ ਮੇਰੀ ਮਦਦ ਕਰਦੇ। ਉਹ ਕਹਿੰਦਾ ਬਾਈ ਆਪਾਂ ਨੂੰ ਫਰਕ ਨਹੀਂ ਪੈਂਦਾ, ਜੋੜੀ ਚੰਗੀ ਲੈ ਗਈ। ਸਹੀ ਆ ਬਾਈ, ਸਿਰੇ ਦੀ ਜੋੜੀ ਲੈ ਕੇ ਦਿੱਤੀ ਆ, ਫੇਸ ਤੋਂ ਫੇਸ ਆਏ, ਫੋਨ ਤੋਂ ਗੱਲ ਕਰਵਾ ਕੇ ਜਾਦੂ ਨਾਲ। ਠੀਕ ਹੈ। 17,000 ਰੁਪਏ ਦੀ ਬਹੁਤ ਵਧੀਆ ਟੋਪ ਦੀ ਜੋੜੀ ਆ ਲੈ ਕੇ ਗਏ ਤੜਕੇ ਮੁੰਡੇ ਆ ਕੇ, ਉਹਦੇ ਮੁੰਡੇ ਨੇ ਭੇਜੀ ਸੀਗੀ। ਅੱਛਾ ਵੀਰ, ਆਪ ਬਾਹਰ ਆ? ਆਪ ਬਾਹਰ ਆ ਬਾਈ। ਠੀਕ ਹੈ। ਅਤੇ ਆਪਾਂ ਐਵੇਂ ਆਖੀਏ, ਜੇ ਆਪਾਂ ਉਹਨੂੰ ਮਾੜੀ ਦਵਾ ਦਿੰਦੇ ਕੋਈ, ਆਪਾਂ ਕੋਈ ਲਾਹਾ ਥੋੜ੍ਹਾ ਖੱਟਣਾ ਸੀ। ਮੈਂ ਤਾਂ ਇਹੀ ਕਹਿਣਾ ਕਬੂਤਰਬਾਜ਼ ਵੀਰਾਂ ਨੂੰ, ਜੇ ਕੋਈ ਕਿਸੇ ਭਰਾ ਨੂੰ ਕਬੂਤਰ ਦਵਾਉਣੇ ਹੋ ਵਿੱਚੋਂ ਵੀਰੇ ਦਲਾਲੀ, ਇਹ ਕੰਮ ਨਾ ਕਰੋ ਯਾਰ। ਦਵਾਓ ਚੰਗੇ, ਅਗਲੇ ਨਾਲ ਫੇਸ ਤੋਂ ਫੇਸ ਗੱਲ ਕਰਾ ਦਿਓ, ਲੈ ਬਾਈ ਆਹ ਕਬੂਤਰ ਲੈਣੇ, ਤੇਰੀ ਮਰਜ਼ੀ ਨਹੀਂ, ਤੇਰੀ ਮਰਜ਼ੀ ਹੈ, ਮਰਜ਼ੀ ਆਹ ਕਬੂਤਰ ਹੈ। ਮੈਨੂੰ ਪਤਾ ਬੰਦੇ ਦੇ ਵਿਸ਼ਵਾਸ 'ਤੇ ਵੀ ਕਬੂਤਰ ਚੰਗੇ ਆ, ਪਰ ਉਹ ਬੰਦੇ ਨੇ ਰਿਕਾਰਡਿੰਗਾਂ ਵੀ ਪਾ ਤੀਆਂ, ਤਸੱਲੀ ਕਰਾ ਤੀ ਜਾਦੂ ਨੇ ਵੀ ਸਿਰਾ ਲਾ ਤਾ ਯਾਰ। ਜਿੰਦਰਾ ਪਤਾ ਕੀ ਆ, ਅੱਜ ਕੱਲ ਉਹੀ ਚੀਜ਼ ਦਾ ਬਦਨਾਮ ਆ, ਬਸ ਕੱਟਣ ਵਾਲੇ ਬਾਲੇ ਬੈਠੇ ਆ। ਹਾਂ, ਕੱਟਣ ਵਾਲੇ ਬਾਲੇ ਬੈਠੇ ਆ, ਪਰ ਆਪਾਂ ਤਾਂ ਇਹੀ ਗੱਲ ਕਹਿਣਾ ਵੀ ਵਿੱਚੋਂ ਨਾ ਖਾਓ ਬਾਈ, ਵਿੱਚੋਂ ਖਾਣ ਵਾਲਾ ਬੰਦਾ ਉਹ ਮਰਦ ਨਹੀਂ ਹੁੰਦਾ, ਆਪਾਂ ਸਿੱਧੀ ਗੱਲ ਨਾ, ਆਪਾਂ ਇਹ ਕੰਮ ਨਹੀਂ ਕੀਤਾ, ਤਾਂ ਹੀ ਲਿੰਕ ਬਣਿਆ ਗਿੱਲਾ। ਮੈਨੂੰ ਘੱਟੋ ਘੱਟ 100 ਫੋਨ ਆਉਂਦਾ ਹੋਊਗਾ, ਮੈਂ 100 'ਚ 4 ਬੰਦਿਆਂ ਨੂੰ ਕਬੂਤਰ ਦਵਾਏ ਹੋਣੇ ਆ। ਜਿੰਦਰਾ ਸ਼ੁਰੂਆਤ ਕਿੱਥੋਂ ਹੋਈ ਹੈ, ਜਿੱਥੇ ਭਰਾਵਾਂ ਨਾਲ ਜੁੜਨ ਲੱਗਿਆ ਤੋਂ, ਜਿਵੇਂ ਕਿੱਥੋਂ ਬਾਹਰਲੀ ਦੁਨੀਆਂ ਨਾਲ, ਯਾਨੀ ਕਿ ਇੱਕ ਤਾਂ ਆਪਾਂ ਪਿੰਡ 'ਚ ਬੈਠੇ ਹਾਂ, ਪਿੰਡ ਤੋਂ ਬਾਹਰ, ਪੰਜਾਬ ਤੋਂ ਬਾਹਰ ਕਿਵੇਂ ਕੰਡਕਟ ਹੋਏ ਤੇਰੇ? ਬਹੁਤ ਧੰਨਵਾਦ ਗਿੱਲ, ਤੂੰ ਆਹ ਸਵਾਲ ਪੁੱਛਿਆ ਮੇਰੇ ਤੋਂ, ਤੇਰਾ ਬਹੁਤ ਥੈਂਕ ਯੂ ਬਾਈ ਯਾਰ। ਰਾਤ ਨਹੀਂ ਆਇਆ ਤੂੰ ਭਰਾ ਨੂੰ ਇੱਕ ਸਪੈਸ਼ਲ ਮਿਲਣ ਆਇਆ ਯਾਰ, ਥੈਂਕ ਯੂ। ਪਹਿਲਾਂ ਤਾਂ ਤੇਰਾ ਮੈਂ ਇਹ ਕਰਦਾ ਵੀ ਮੈਂ ਸਾਰੀ ਉਮਰ ਦੇਣੀ ਗੋਖੀ ਪੱਦੀ, ਬਾਂਟੀ ਪੱਦੀ ਅਤੇ ਗਰੇਵਾਲ, ਅਤੇ ਮੰਨ ਲਓ ਵੀ ਰਾਮ ਤਰੀਕੇ ਕਹਿ ਦਿੰਦੇ ਆ ਜਿਹਨੂੰ, ਅਤੇ ਬਾਂਟੀ ਵੀਰ ਹੈ ਸਾਡਾ, ਅਤੇ ਬ੍ਰਹਮਪੁਰੇ ਵਾਲਾ ਸੋਨੂੰ ਵੀਰ ਹੈ, ਇੱਕ ਰੰਗੀਆਂ ਵਾਲਾ ਸੋਨੂੰ, ਠੀਕ ਹੈ ਠੀਕ ਹੈ, ਅਤੇ ਗੋ ਆਪਣਾ ਜੋਨੀ ਰੱਥੜੀਆਂ ਅਤੇ ਰਾਜੂ ਬਰਾੜ, ਠੀਕ ਹੈ। ਇਹਨਾਂ ਇਹਨਾਂ ਨਾਲ ਬਾਈ ਹੋਰੇ ਜੁੜੇ ਸੀ, ਉਹ ਇੱਕ ਸੁੱਖਾ ਚੰਡੀਗੜ੍ਹ ਵਾਲਾ, ਸੋਰੀ ਯਾਰ, ਠੀਕ ਹੈ ਠੀਕ ਹੈ, ਸੁੱਖਾ ਚੰਡੀਗੜ੍ਹ ਵਾਲਾ, ਉਹ ਕਹਿੰਦਾ ਵੀ ਇਹਨੂੰ ਗਰੁੱਪਾਂ 'ਚ ਜੋੜਨਾ, ਉਹਨਾਂ ਨੇ ਸਭ ਤੋਂ ਪਹਿਲਾਂ ਸੁੱਖੇ ਨੇ ਆਖਿਆ, ਅਤੇ ਮੈਨੂੰ ਹੈਲੋ ਬਾਈ ਗਰੁੱਪ 'ਚ ਜੋੜਿਆ, ਉਹਨਾਂ ਦਾ ਕੋਈ ਲੁਧਿਆਣੇ ਵਾਲਾ ਗਰੁੱਪ ਸੀ, ਹੈਲੋ ਬਾਈ ਕੇ ਹੈਲੋ 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 ਬਾਈ ਗਰੁੱਪ ਸੀ ਇਹਨਾਂ ਦਾ, ਕੋਈ ਲੁਧਿਆਣੇ ਵਾਲਾ, ਮੈਂ ਹੈਲੋ ਬ੍ਰਦਰ, ਹੈਲੋ ਬ੍ਰਦਰ, ਪਤਾ ਨਹੀਂ ਹੈਲੋ ਬਾਈ ਜੋਨੀ ਦਾ, ਹਾਂ ਹੈਲੋ ਬ੍ਰਦਰ, ਉਸ ਗਰੁੱਪ ਵਿੱਚ ਮੈਨੂੰ ਜੋੜਿਆ, ਉੱਥੋਂ ਮੇਰੀਆਂ ਰਿਕਾਰਡਿੰਗਾਂ ਮੈਨੂੰ ਪਤਾ ਨਹੀਂ ਹੁੰਦਾ ਸੀ ਵੀ ਗਾਂਹ ਪਛਾਣ ਜਾਂਦੇ ਨੇ, ਠੀਕ ਹੈ। ਉੱਥੋਂ ਫਿਰ ਮੇਰੀਆਂ ਜਾਣ ਲੱਗ ਗਈਆਂ, ਮੈਂ ਇੱਕ ਹਰੀ ਅਤੇ ਲਾਲ ਬਗਲ ਵਾਲੀ ਦੀ ਕਹਿ ਬੈਠਾ, ਇੱਕ ਭਰਾ ਮੇਰਾ ਸੇਮੀ ਆ ਰਾਹੂ ਵਾਲੇ ਤੋਂ, ਠੀਕ ਹੈ, ਉਹ ਮੇਰੇ ਨਾਲ ਨਾਰਾਜ਼ ਵੀ ਹੋਇਆ, ਪਰ ਅੱਜ ਭਾਈਆਂ ਵਾਲਾ ਪਿਆਰ ਆ ਉਹਦੇ ਨਾਲ ਆਪਣਾ ਜੱਗਾ, ਹਰੀ ਲਾਲ ਬਗਲ ਵਾਲੀ ਰਿਕਾਰਡਿੰਗ, ਹਰੀ ਲਾਲ ਬਗਲ ਵਾਲੀ ਬਾਈ ਜਿਹਨੇ ਮੈਨੂੰ ਅੱਜ ਵੀ 1900 ਬੰਦੇ ਨਾਲ ਮਿਲਾਇਆ ਯਾਰ, 1900 ਬੰਦਾ ਅੱਜ ਮੇਰੇ ਨਾਲ ਜੁੜਿਆ ਹੋਇਆ, ਠੀਕ ਹੈ ਠੀਕ ਹੈ, ਹਰ ਇੱਕ ਨਾਲ ਮੈਂ ਪੂਰਾ ਆਈ ਹੈ, ਮੈਂ ਥੋੜ੍ਹੇ ਨਾਲ ਥੋੜ੍ਹਾ, ਜ਼ਿਆਦੇ ਨਾਲ ਜ਼ਿਆਦੇ, ਵੀ ਸਾਰਿਆਂ ਨੂੰ ਸਵਾਲ ਜਵਾਬ ਜਿਵੇਂ ਮੰਗ ਪੁੱਛਦੇ ਆ ਉਵੇਂ ਕਰੀ ਜਾਂਦਾ ਬਾਈ, ਜਿੰਨਾ ਕੁ ਜਾਣਦਾ ਕਿਸੇ ਤੋਂ ਖੇਡ ਪਾਣੀ ਦਾ ਨਹੀਂ ਉਹਲਾ ਰੱਖਿਆ, ਭਰਾਵਾਂ ਵਾਲਾ ਪਿਆਰ ਆ ਸਾਰਿਆਂ ਨਾਲ, ਸਹੀ ਆ, ਜੇ ਆਪਾਂ ਅਗਲੇ ਦੀ ਇੱਜ਼ਤ ਕਰਦੇ ਹਾਂ, ਅਗਲਾ ਆਪਣੀ ਕਰਦਾ, ਅਤੇ ਬਹੁਤ ਮਦਦ ਕੀਤੀ ਆ ਭਰਾਵਾਂ ਨੇ ਯਾਰ, ਦਿਲੋਂ ਕਹਿਣਾ ਵੀ ਮੈਂ ਧੰਨਵਾਦ ਉਹਨਾਂ ਦਾ ਹੀ ਕਰਦਾ ਜਿਹੜੇ ਭਰਾਵਾਂ ਨੇ ਆਪਾਂ ਨੂੰ ਜੋੜਿਆ ਯਾਰ ਗਰੁੱਪਾਂ ਵਿੱਚ, ਅਤੇ ਅੱਜ 4 ਭਰਾ ਜੁੜੇ ਆ, ਉਹਨਾਂ ਦਾ ਵੀ ਧੰਨਵਾਦ। ਗੱਡੀ ਲੈਣ 'ਤੇ ਚੜਾਉਣੀ ਔਖੀ ਆ, ਅਗਲਾ ਇਹਨਾਂ ਨੇ ਚੜਾ ਤੀ ਗਾਂਗਾ, ਚੜੀ ਗਈ ਉਹ, ਚੜੀ ਗਈ, ਉਦੋਂ ਬਾਅਦ ਹਿੰਮਤ ਤੇਰੀ ਸੀ, ਸਹੀ ਆ, ਸਹੀ ਬਣਾਉਣੀ ਆਪਦੇ ਵਾਸਤੇ, ਜਿੰਦਰਾ ਵਗਾ ਬਹੁਤ ਬਣਾਈ ਆ ਬਾਈ, ਕਿਸੇ ਨਾਲ ਵਿਗਾੜੀ ਨਹੀਂ, ਹੋ ਸਕਦਾ ਵੀ 5-10 ਬੰਦੇ ਜੇ ਕੋਈ ਗੁੱਸੇ ਹੋ ਗਏ ਹੋਣ, ਪਰ ਕਦੇ ਕਦੇ ਮਨ ਨੂੰ ਐਂ ਲੱਗਦਾ ਯਾਰ ਕਿਉਂ ਉਹਦੇ ਨਾਲ ਲੜੇ, ਸਹੀ ਆ, ਇੱਦਾਂ ਲੱਗਦਾ। ਹੁਣ ਸੁਣਦੇ ਹਾਂ ਤੇਰੇ ਐਨਆਰਏ ਵੀਰਾਂ ਨੇ ਬਹੁਤ ਮਦਦ ਕੀਤੀ ਆ, ਬਹੁਤ ਕੀਤੀ ਆ ਬਾਈ ਯਾਰ, ਬਹੁਤ ਜ਼ਿਆਦਾ, ਵੀ ਮੈਂ ਪਿੱਛੜ ਗਿਆ ਸੀ ਯਾਰ, ਇੱਕ ਨਾਂ ਦੇ ਜੱਟ ਰਹਿ ਗਏ, ਤੁਹਾਨੂੰ ਮੈਂ ਸਿੱਧੀ ਗੱਲ ਦਿਲ ਦੀ ਗੱਲ, ਦਿਹਾੜੀ ਕਰਨ ਵਾਲਾ ਹਾਲ ਹੋ ਗਿਆ ਤੁਹਾਡਾ ਉਦੋਂ, ਮੈਂ ਨਾ ਇੱਕ ਦਿਹਾੜੀ ਨਹੀਂ ਕੀਤੀ, ਜਿਵੇਂ ਹੁਣ ਉਹ ਰਾਜੂ ਬਰਾੜ ਦੀ ਗੱਲ ਭੁੱਲਦੀ ਨਹੀਂ, ਉਹਦੀ ਮੈਨੂੰ ਅੱਜ ਵੀ ਆ ਰਹੂਗੀ ਯਾਦ, ਤਾਂ ਹਮੇਸ਼ਾ ਰਹੂਗੀ, ਮੇਰਾ ਰਿਸ਼ਤੇਦਾਰ ਵੀ ਆ ਪ੍ਰਾਹੁਣਿਆਂ ਦੀ ਥਾਂ 'ਤੇ ਹੈ, ਪਰ ਮਾਤਾ ਨੇ ਰਿਸ਼ਤੇਦਾਰੀ ਕੱਢੀ ਸੀ, ਹੁਣ ਇਹ ਜੀ ਗੱਲ ਜਿਹੜੀ ਆਖੀ ਸੀ ਉਹ ਮੇਰੇ ਦਿਲ ਦੇ ਨਾਲ ਲੱਗੀ ਹੋਈ ਹੈ, ਪਰ ਉਹਨੂੰ ਮੈਂ ਆਖਿਆ ਵੀ ਕਿਸੇ ਦਿਨ ਤੈਨੂੰ ਬਰਾੜਾ ਹੋਇਆ ਸੀ ਕੁਛ, ਪਰ ਪੋਲੇ ਬਾਈ ਦਾ ਦੇਣ, ਮੈਂ ਨਾ ਯਾਰ ਇੱਕ ਰਾਮ ਬਸੰਤ ਵਾਲੀ ਜੋੜੀ ਜਦੋਂ ਬਾਬੇ ਨੇ ਇਹ ਗੱਲ ਆਖੀ, ਅੱਖਾਂ 'ਚੋਂ ਪਾਣੀ ਡਿੱਗਦੇ ਸੀ ਸਾਰੇ ਜਿੰਨੇ ਵੀ ਉੱਥੇ ਭੋਗ 'ਤੇ ਪਹੁੰਚੇ ਹੋਏ ਸੀ, ਕਬੂਤਰਬਾਜ਼ ਸੀ ਜਾਂ ਰਿਸ਼ਤੇਦਾਰ ਸੀ, ਵੀ ਰਾਮ ਬਸੰਤ ਵਾਲੀ ਜੋੜੀ ਸੀ ਦੋਨਾਂ ਦੀ, ਐਡਾ ਪਿਆਰ ਸੀ ਬਾਈ ਨਾਲ। ਮੈਂ ਇੱਕ ਵਾਰੀ ਗਿਆ, ਮੈਂ ਤਾਂ ਆਪਾਂ ਗਏ ਨਹੀਂ ਬਾਈ, ਮਲਕੀਤ ਵੇਲੇ ਗਏ ਸਾਂ ਇੱਕ ਵਾਰੀ, ਬਹੁਤ ਟਾਈਮ ਹੋ ਗਿਆ ਛੋਟੇ ਹੁੰਦੇ, ਨਹੀਂ ਨਹੀਂ ਬਹੁਤ ਵਧੀਆ ਨੇਚਰ ਆ ਬਾਈ ਹੋਣਾਂ ਦਾ, ਹੁਣ ਵੀ ਐਵੇਂ ਆ ਕਿ ਵੀ ਜੋ ਸਾਦੇ ਆ ਕਹਿ ਦਿੰਦੇ ਆ ਵੀ ਆਇਆ ਕਰ, ਹੁਣ ਵੀ ਅਸੀਂ ਮੈਂ ਅਤੇ ਜੋਨੀ ਬਾਈ ਜਾ ਕੇ ਆਏ, ਕਹਿੰਦਾ ਅਸੀਂ ਸਾਰਾ ਕੁਛ ਤੈਨੂੰ ਦੇਵਾਂਗੇ, ਗੱਲ ਹੀ ਹੋਰ ਇੱਦੂ ਉੱਤੇ ਬੰਦਾ ਇੱਦੂ ਵੱਧ ਕੀ ਕਰ ਸਕਦਾ ਯਾਰ। ਹਾਂ
ਵੀ ਵਧੀਆ ਕਬੂਤਰ ਉੱਡਿਆ ਉਹਨਾਂ ਨੇ ਕਬੂਤਰ ਜਿੰਨੇ ਵੀ ਛੱਡਿਆ ਵਧੀਆ ਉੱਡੇ ਯਾਰ ਐਸੀ ਕਿਸਮਤ ਹੀ ਘਰੋਂ ਗੇੜਿਆਂ ਵਾਲੇ ਦਿਨ ਕਬੂਤਰ ਭੱਜੀ ਗਏ ਆ ਬਾਈ ਕੀ ਕਰੂਗਾ ਇਹ ਤਾਂ ਹਰੇਕ ਸਾਲ ਕਿਸਮਤ ਹੁੰਦੀ ਆ ਕਿਸਮਤ ਅੱਡੋ ਅੱਡ ਦੀ ਹੁੰਦੀ ਆ ਆਏ ਸਾਲ ਉਹ ਨਹੀਂ ਬੰਦੇ ਦੇ ਦਿਨ ਹੁੰਦੇ ਗੇ ਕਈ ਵਾਰ ਚੰਗਾ ਆ ਜਾਂਦਾ ਕਈ ਵਾਰ ਮਾੜਾ ਜਾਂਦਾ ਪਰ ਫਿਰ ਵੀ ਵਧੀਆ ਰਹੇ ਆ ਵੀ ਕੋਲੋਂ ਨਹੀਂ ਗਏ ਵਧੀਆ ਐਵੇਂ ਚੱਲ ਜੇ ਕੋਲੋਂ ਪੱਲਿਓ ਨਹੀਂ ਪਏ ਬਸ ਸਹੀ ਆ ਹਾਂ ਨਹੀਂ ਨਹੀਂ ਵਧੀਆ ਰਹੇ ਨੋ ਪ੍ਰੋਫਿਟ ਨੋ ਲੋਸ ਰਿਹਾ ਹਾਂਜੀ ਹਾਂਜੀ ਠੀਕ ਹੈ ਵੀਰੋ ਇੰਟਰਵਿਊ ਤਾਂ ਨਹੀਂ ਕਹਿ ਸਕਦੇ ਗੱਲਾਂ ਬਾਤਾਂ ਜਿੰਨੀਆਂ ਕੁ ਭਰਾ ਨਾਲ ਕਰ ਲਈਆਂ ਉਹ ਤਾੜ ਲੱਗਿਆ ਕਬੂਤਰ ਅਤੇ ਮੈਨੂੰ ਵੀ ਬੁਲਾਵਾ ਆ ਗਿਆ ਫੋਨ ਬੰਦ ਹੋ ਗਿਆ ਚਲੋ ਜੰਦਰਾਲੇ ਤੋਂ ਕਰਕੇ ਰਿਕਾਰਡਿੰਗ ਉੱਧਰ ਭੇਜਦੇ ਹਾਂ ਇਕੱਠੀਆਂ ਕਰਕੇ ਸਾਰੀਆਂ ਭੇਜਦੇ ਹਾਂ ਤੁਹਾਡੇ ਕੋਲ ਕੋਈ ਵੀ ਗੁੱਸਾ ਗਿਲਾ ਸ਼ਿਕਵਾ ਹੋਵੇ ਤਾਂ ਮਿਟਾ ਦਿਓ ਯਾਰ ਕਬੂਤਰਬਾਜ਼ੀ ਨੂੰ ਕਾਮਯਾਬ ਕਰੋ ਹੋਰ ਜਿੰਦਰਾ ਕੋਈ ਮੈਸੇਜ ਅਖੀਰ 'ਤੇ ਬਸ ਬਾਈ ਸਤਿ ਸ਼੍ਰੀ ਅਕਾਲ ਤੇਰਾ ਬਹੁਤ ਧੰਨਵਾਦ ਇੰਨਾ ਹੀ ਵਾਧੂ ਆ 16-17 ਹਜ਼ਾਰ ਬੰਦਾ ਵੀਰ ਸਾਰੇ ਮਿਲਣਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਓਕੇ ਭਰਾ